ਹਾਂ ਜੀ, ਸਤਿ ਸ਼੍ਰੀ ਅਕਾਲ ਜੀ। ਅੱਜ ਤੁਹਾਨੂੰ ਮੈਂ ਜਿਹੜੀ ਇੱਕ ਗੱਲ ਦੱਸਣ ਲੱਗਾ ਨਾ, ਆਹ ਜਿਹੜੀ ਤੁਸੀਂ ਫੋਟੋ ਵੇਖ ਰਹੇ ਹੋ ਇਹ ਆਪਣੇ ਪੰਜਾਬ ਦੀਆਂ ਹੀ ਕੁੜੀਆਂ ਨੇ ਅਤੇ ਹੈ ਵੀ ਸਰਦਾਰਾਂ ਦੇ ਘਰੋਂ। ਇੱਕ ਦਾ ਪਿਓ ਤਾਂ ਗੁਰਸਿੱਖ ਹੈ ਅਤੇ ਇਹਨਾਂ ਦੀ ਕਰਤੂਤਾਂ ਤੁਸੀਂ ਜਾਣ ਕੇ ਹੈਰਾਨ ਹੋ ਜਾਓਗੇ। ਪਹਿਲਾਂ ਤਾਂ ਇਹਨਾਂ ਦੀ ਫੋਟੋਆਂ ਦੇਖੋ ਕਿਹੋ ਜਿਹੇ ਕੱਪੜੇ ਪਾ ਰਹੀਆਂ ਨੇ, ਮਤਲਬ ਇੱਕ ਤਰ੍ਹਾਂ ਸਰਿਆਮ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਇੱਕ। ਇਹਨਾਂ 'ਚ ਇੱਕ ਦੋ ਤਾਂ ਬਾਹਰ ਵੀ ਚਲੀ ਗਈ ਅਤੇ ਬਾਹਰ ਵੀ ਇਹੀ ਕਰਤੂਤਾਂ ਨੇ ਇਹੋ ਜਿਹੇ ਕੱਪੜੇ ਪਾ ਕੇ, ਇਹ ਕੋਈ ਆਪਣਾ ਜਿਵੇਂ ਕਹਿੰਦੇ ਆ ਕੋਈ ਐਡ ਲਾਉਣੀ ਹੁੰਦੀ ਕੱਪੜਿਆਂ ਦੀ ਕਿਸੇ ਦੀ ਬ੍ਰਾਂਡ ਦੀ, ਉਹ ਐਡ ਕਰਦੇ ਹਨ ਅਤੇ ਕੱਪੜੇ ਦੇਖੋ ਇਹਨਾਂ ਦੇ, ਮਤਲਬ ਇਹ ਲੱਗਦੀਆਂ ਵੀ ਇਹ ਕਿਸੇ ਸਰਦਾਰ ਦੀ ਧੀ ਹੋਊਗੀ, ਸ਼ਰਮ ਆਉਂਦੀ ਹੈ ਦੇਖ ਕੇ ਇਹੋ ਜਿਹੇ ਇਹਨਾਂ ਦੇ ਮਾਂ ਬਾਪ ਨੇ। ਜਿਹੜੀ ਤੁਸੀਂ ਆਹ ਫੋਟੋ ਵੇਖ ਰਹੇ ਹੋ ਇਹ ਕੁੜੀ ਕਹਿੰਦੀ ਵੀ ਕੁਛ ਟਾਈਮ ਪਹਿਲਾਂ ਦੀ ਇਹਦੀ ਇੰਟਰਵਿਊ ਹੈ, ਕਿਸੇ ਪੱਤਰਕਾਰ ਨੇ ਪੁੱਛਿਆ ਵੀ ਤੁਹਾਡੇ ਘਰ ਦੇ ਤੁਹਾਨੂੰ ਸਪੋਰਟ ਕਰਦੇ, ਪਹਿਲਾਂ ਤਾਂ ਇਹ ਟਿਕਟੋਕ 'ਤੇ ਰੀਲਾਂ ਜੀ ਪਾਉਂਦੀ ਸੀ ਨੱਚਦੀ ਦੀ, ਤਾਂ ਉਹਨੇ ਕਿਹਾ ਕਿ ਮੇਰੇ ਪਿਓ ਮੈਨੂੰ ਕਹਿੰਦਾ ਹੈ ਕਿ ਤੇਰੀ ਅੱਜ ਤੇਰੀ ਕੋਈ ਵੀਡੀਓ ਨਹੀਂ ਆਈ, ਮਤਲਬ ਤੇਰੀ ਕੋਈ ਟਿਕਟੋਕ ਰੀਲ ਨਹੀਂ ਆਈ ਕੋਈ ਤੇਰੀ ਅੱਜ, ਵੀ ਤੂੰ ਪਾ। ਕਹਿੰਦੇ ਵੀ ਮੇਰੇ ਘਰ ਦੇ ਮੈਨੂੰ ਸਪੋਰਟ ਕਰਦੇ ਨੇ ਕਿ ਹਾਂ ਤੂੰ ਰੀਲਾਂ ਪਾ, ਮਤਲਬ ਹੱਦ ਹੈ ਯਾਰ, ਬਸਰਮੀ ਦੀ ਹੱਦ ਹੁੰਦੀ ਹੈ ਕੋਈ, ਇਹੋ ਜਿਹੇ ਇਹਨਾਂ ਦੇ ਘਰ ਦੇ ਹੈ। ਅਤੇ ਇਹਨਾਂ ਦੀ ਜਿਹੜੀ ਮੈਂ ਅਸਲੀ ਕਰਤੂਤ ਤੁਹਾਨੂੰ ਦੱਸਦਾ, ਇਹ ਕਰਦੀਆਂ ਕੀ ਹੈ, ਇਹ ਜਿਹੜੀ ਇਹੋ ਜਿਹੀਆਂ ਫੋਟੋਆਂ ਪਾਉਂਦੀਆਂ ਨੇ, ਅਤੇ ਫੋਨ ਤਾਂ ਆਉਂਦੇ ਹੀ ਹੈ, ਬਥੇਰੇ ਲਫੰਗੇ ਹੁੰਦੇ ਆ ਇਹਨਾਂ ਕੋਲ, ਫੋਨ ਆਉਂਦੇ ਹੈ ਅਤੇ ਟਾਈਮਿੰਗ ਸੈੱਟ ਹੋ ਜਾਂਦੀ ਹੈ, ਹੋਟਲਾਂ 'ਚ ਬੁਲਾਇਆ ਜਾਂਦਾ ਅਤੇ ਜਾ ਕੇ ਉੱਥੇ ਦੇ ਇਹ ਭਾਲ ਦੀ ਵੀ ਮੋਟੀ ਹਸਤੀ ਹੈ ਜਿਹਦੇ ਕੋਲ ਪੈਸਾ ਹੁੰਦਾ, ਅਤੇ ਹੋਟਲਾਂ 'ਚ ਬੁਲਾ ਕੇ ਅਤੇ ਉਹਨਾਂ ਨੂੰ ਫਿਰ ਬਲੈਕਮੇਲ ਕੀਤਾ ਜਾਂਦਾ, ਲੁੱਟਿਆ ਜਾਂਦਾ, ਉਹਦੇ ਕੋਲ ਪੈਸਾ ਹੁੰਦਾ ਜੋ ਉਹ ਸਭ ਕੁਛ ਲੈ ਲੈਂਦੀਆਂ, ਅਤੇ ਇਹਨਾਂ ਦੇ ਸਭ ਕੁਛ ਹੁੰਦਾ, ਇਹਨਾਂ ਕੋਲ ਵੀਡੀਓ ਬਣਾ ਲੈਂਦੀਆਂ ਇਹ, ਅਤੇ ਬਾਅਦ 'ਚ ਫਿਰ ਉਹਨੂੰ ਬਲੈਕਮੇਲ ਕਰਦੀਆਂ ਨੇ ਕਿ ਇੰਨੇ ਪੈਸੇ ਦੇ ਦੇ ਨਹੀਂ ਤਾਂ ਤੇਰੀ ਵੀਡੀਓ ਵਾਇਰਲ ਕਰ ਦੇਣੀ। ਮਤਲਬ ਇਹਨਾਂ ਨੇ ਬਸਰਮੇ ਦੀ ਹੱਦਾਂ ਟੱਪੀਆਂ ਪਈਆਂ ਨੇ। ਸਰੇਆਮ ਇਹ ਸਿਗਰਟਾਂ ਪੀਂਦੀਆਂ ਨੇ ਅਤੇ ਸ਼ਰਾਬਾਂ ਪੀਂਦੀਆਂ ਨੇ, ਇਹੋ ਜਿਹੀ ਕਰਤੂਤਾਂ ਨੇ ਇਹਦੀਆਂ। ਹੁਣ ਬਾਹਰ ਚਲੇ ਗਈਆਂ ਜਿਹੜੀਆਂ ਦੋ, ਉਹਨਾਂ ਦੇ ਵੀ ਇਹੀ ਕੰਮ ਹੈ, ਅਸੀਂ ਬਲੈਕਮੇਲ ਕਰਦੀਆਂ ਨੇ ਬੁਲਾ ਕੇ। ਸੋ ਬੇਨਤੀ ਹੈ ਵੀ ਇਹਨਾਂ ਦੇ ਝਾਂਸੇ 'ਚ ਨਾ ਆਓ। ਇਹ ਤਾਂ ਜਿਹੜੀ ਮੈਨੂੰ ਦੋ ਤਿੰਨ ਪਤਾ ਲੱਗੀ ਸੀ ਮੈਂ ਤੁਹਾਨੂੰ ਦੱਸਦੀਆਂ, ਬਹੁਤ ਨੇ। ਇਹ ਜਿਹੜੀ ਸਰਿਆਮ ਆਪਣਾ ਜਿਸਮ ਦਿਖਾਉਂਦੀਆਂ ਨੇ ਨਾ, ਇਹ ਤਾਂ ਹੀ ਦਿਖਾਉਂਦੀਆਂ ਨੇ, ਇੱਕ ਤਾਂ ਵਿਊ ਲੈਣ ਦੇ ਚੱਕਰ 'ਚ, ਇੱਕ ਲਫੰਗੇ ਬਹੁਤ ਹੁੰਦੇ ਨੇ ਜਿਹੜੇ, ਮਤਲਬ ਜਿਨ੍ਹਾਂ ਨੂੰ ਇਹਦੀ ਲਾਲਸਾ ਕਹਿ ਦਿਓ, ਲਾਲਸਾ ਹੁੰਦੀ ਹੈ, ਉਹ ਫਿਰ ਇਹਨਾਂ ਦਾ ਨੰਬਰ ਭਾਲ ਕੇ, ਨੰਬਰ ਤਾਂ ਮਿਲੇ ਜਾਂਦਾ, ਨੰਬਰ ਭਾਲ ਕੇ ਇਹਨਾਂ ਨੂੰ ਫੋਨ ਕਰਦੇ ਨੇ ਅਤੇ ਇਹਨਾਂ ਅੱਗੇ ਤਿਆਰ ਨੇ। ਇਹ ਤਾਂ ਭਾਲਦੀਆਂ ਨੇ ਵੀ ਕੋਈ ਮਿਲੇ ਗਾਹਕ ਅਤੇ ਅਸੀਂ ਫਸਾਈਏ, ਫਿਰ ਉਹ ਮੋਟੀ ਸਾਮੀ ਭਾਲਦੀਆਂ ਨੇ ਅਤੇ ਫਿਰ ਉਹਨੂੰ ਬਲੈਕਮੇਲ ਕਰਦੀਆਂ ਨੇ, ਚੰਗਾ ਪੈਸਾ ਕਮਾਉਂਦੀਆਂ ਨੇ। ਥੋੜ੍ਹੀ ਦੇਰ ਪਹਿਲਾਂ ਜਿਵੇਂ ਉਹ ਜਸਨੀਤ ਨਾਮ ਦੀ ਇੱਕ ਫੜੀ ਗਈ ਹੈ ਕੁੜੀ, ਉਹੀ ਕੰਮ ਇਹਨਾਂ ਦਾ ਚੱਲ ਰਿਹਾ। ਸੋ ਇਹਨਾਂ ਨੂੰ ਸ਼ਰਮ ਕਰਨੀ ਚਾਹੀਦੀ ਹੈ, ਸੋਚਣਾ ਚਾਹੀਦਾ, ਇਹਨਾਂ ਦੇ ਘਰਦਿਆਂ ਨੂੰ ਸੋਚਣਾ ਚਾਹੀਦਾ, ਇੱਕ ਸਰਦਾਰਾਂ ਦਾ ਨਾਮ ਬੰਦਾ ਬਦਨਾਮ ਕਰ ਰਹੀਆਂ ਨੇ।